आज चंडीगढ़ में प्रेस क्लब में भीम क्रांति के संस्थापक अशोक मिंद्रा द्वारा एक प्रेस वार्ता की गई, जहां उन्होंने अनुसूचित जाति वर्ग के साथ पंजाब में हो रही धक्केशाही के मामलों पर बातचीत की। इस प्रेस वार्ता में उन्होंने कहा कि अनुसूचित जाति के ऊपर पंजाब में भेदभाव किया जा रहा है और कुछ मुट्ठी भर बड़ी जाति के लोग जो हैं उन्हें नीचा दिखाने के लिए अनुसूचित जाति का प्रयोग करते हैं, और जब यह पुलिस की कंप्लेंट करते हैं तो पुलिस में इनकी सुनवाई तक भी जो है वो नहीं की जाती है। कभी कभार ऐसी कंप्लेंट दर्ज की जाती है तो इस तरह के मामले दर्ज किए जाते हैं तो कोर्ट में यह मामले जो साबित हो भी नहीं पाते हैं और आदमी बाइज्जत बरी हो जाता है। हम लोगों को इंसाफ नहीं मिल पाता है। और उन्होंने साथ ही ये भी कहा है कि कुछ ऐसे और भी अन्य बातें हैं जिन्हें लेकर हम आज भगवंत मान की सरकार से मिलने के लिए आए हों और ये बताने के लिए आए हैं कि किस तरह से अनुसूचित जाति के लोगों के साथ भेदभाव किया जा रहा है। उन्होंने कहा है कि अगर हमारी बात को सरकार मानती है तो हम सरकार का स्वागत करते हैं, यदि सरकार भी हमारी बात को अनसुना करती है तो हम पूरे पंजाब में एक बड़ा आंदोलन खड़ा करेंगे और पूरे पंजाब में इसका असर देखने को मिलेगा। जिस तरह मैं तुहानू पहला दस्या कि वक् वक् जिहड़े ये मामले है पंजाब दे मुख्यमंत्री साहब ते साडे पंजाब दे DGP साहब ते पंजाब दे जिन्ने भी विधायक ने ਉਹ ਜਿਹੜੀ ਉਹਨਾਂ ਦੀ ਵੀ ਜ਼ਿੰਮੇਦਾਰੀ ਬਣਦੀ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਐਕਟ੍ਰੋਸਿਟੀ ਹੋਈ ਹੈ, ਜ਼ੁਲਮ ਹੋਇਆ, ਉਹ ਵਿਕਟਮ ਨਾਲ ਜਾ ਕੇ ਖੜਨ। ਇੱਕ ਮੈਂ ਤੁਹਾਨੂੰ ਇਹਦੇ 'ਚ ਖਾਸ ਗੱਲ ਦੱਸਣ ਜਾ ਰਿਹਾ ਕਿ ਹਰੇਕ ਡਿਸਟ੍ਰਿਕਟ ਦੇ ਵਿੱਚ ਡਿਸਟ੍ਰਿਕਟ ਵਿਜੀਲੈਂਸ ਐਂਡ ਮੋਨੀਟਰਿੰਗ ਕਮੇਟੀ ਬਣੀ ਹੁੰਦੀ ਹੈ। ਉਹਦੀ ਫੰਕਸ਼ਨ ਹੀ ਕੇਵਲ ਇਹੀ ਹੁੰਦੀ ਹੈ ਕਿ ਕਿਤੇ ਸ਼ਡਿਊਲ ਕਾਸਟ ਲੋਕਾਂ ਦੇ ਨਾਲ ਧੱਕਾ ਹੁੰਦਾ, ਜ਼ੁਲਮ ਹੁੰਦਾ, ਅਤਿਆਚਾਰ ਹੁੰਦਾ, ਅਸੀਂ ਉਹਦੇ ਲਈ ਜਸਟਿਸ ਦੀ ਗੱਲ ਕਰੀਏ, ਅਸੀਂ ਉਹਦੇ ਲਈ ਇਨਸਾਫ ਦੀ ਗੱਲ ਕਰੀਏ, ਉਹਦੀ ਮੋਨੀਟਰਿੰਗ ਕਰੀਏ, ਵਿਕਟਮ ਨੂੰ ਮਿਲੀਏ। ਇਹ ਉਹ ਬਣਤਰ ਹੈ, ਉਹ ਸਟਰਕਚਰ ਹੈ ਐਜ ਏ ਸੰਵਿਧਾਨਕ ਕਿ ਉਹਦੀ ਇੱਕ ਜ਼ਿੰਮੇਦਾਰੀ ਬਣ ਜਾਂਦੀ ਹੈ। ਇਹਦੇ ਜਿਹੜੇ ਚੇਅਰਮੈਨ ਹੁੰਦੇ ਨੇ ਇਸ ਕਮੇਟੀ ਦੇ, ਉਹ ਸੰਬੰਧਿਤ DC ਹੁੰਦੇ ਨੇ, ਡਿਪਟੀ ਕਮਿਸ਼ਨਰ ਹੁੰਦੇ ਨੇ, ਉਹਨਾਂ ਦੀ ਵੀ ਇੱਕ ਜ਼ਿੰਮੇਦਾਰੀ ਤੈਅ ਹੁੰਦੀ ਹੈ ਕਿ ਘੱਟੋ ਘੱਟ ਮਹੀਨੇ ਦੇ 3 ਮਹੀਨਿਆਂ ਦੇ ਵਿੱਚ ਇੱਕ ਵਾਰ ਉਹਦੀ ਮੀਟਿੰਗ ਕਰਨੀ, ਉਹਨਾਂ ਕੇਸਾਂ ਦੀ ਸਮੀਖਿਆ ਕਰਨੀ, ਉਹਨਾਂ ਨੂੰ ਦੇਖਣਾ ਕਿ ਮੁਕੱਦਮਾ ਦਰਜ ਹੋਇਆ, ਜੇ ਧਾਰਾ ਲੱਗੀ SC ST ਐਕਟ ਦੇ ਤਹਿਤ ਮਿਲਣ ਵਾਲੇ ਕੰਪਨਸੇਸ਼ਨ ਹੋਇਆ। ਬਟ ਬੜੀ ਬਦਕਿਸਮਤੀ ਹੈ, ਉਸ ਕਮੇਟੀ 'ਤੇ ਵੀ ਕੋਈ ਕੰਮ ਨਹੀਂ ਹੁੰਦਾ। ਇਸੇ ਤਰੀਕੇ ਨਾਲ ਇੱਕ ਸਟੇਟ ਵਿਜੀਲੈਂਸ ਮੋਨੀਟਰਿੰਗ ਕਮੇਟੀ ਹੁੰਦੀ ਹੈ, ਉਹਦੇ ਵਿੱਚ ਜਿਹੜੇ CM ਸਾਹਿਬ ਤੱਕ, DGP ਸਾਹਿਬ ਤੱਕ ਜਿਹੜੇ ਸਾਡੇ ਐਡਵੋਕੇਟ ਹੁੰਦੇ ਨੇ, ਜਿਸ ਤਰ੍ਹਾਂ DC ਜ਼ਿਲ੍ਹੇ ਦਾ ਚੇਅਰਮੈਨ ਹੁੰਦਾ, ਉਹਦੇ ਵਿੱਚ ਜਿਹੜਾ DA ਡਿਸਟ੍ਰਿਕਟ ਜ਼ਿਲ੍ਹਾ ਅਟਾਰਨੀ ਹੁੰਦਾ, ਜ਼ਿਲ੍ਹਾ ਭਲਾਈ ਅਫਸਰ ਹੁੰਦਾ, ਜ਼ਿਲ੍ਹਾ ਭਲਾਈ ਅਫਸਰ ਉਹਦਾ ਮੈਂਬਰ ਸੈਕਟਰੀ ਹੁੰਦਾ, ਉਹਦੇ ਵਿੱਚ ਇਹ ਵੀ ਮੈਂ ਤੁਹਾਨੂੰ ਦੱਸ ਰਿਹਾ ਮੈਂਬਰ ਆਫ ਪਾਰਲੀਮੈਂਟ ਵੀ ਮੈਂਬਰ ਹੁੰਦਾ, ਵਿਧਾਇਕ ਵੀ ਉਹਦਾ ਮੈਂਬਰ ਹੁੰਦਾ। ਅੱਜ ਕਿਸੇ ਵੀ ਵਿਜੀਲੈਂਸ ਮੋਨੀਟਰ ਕਮੇਟੀ ਦੇ ਵਿੱਚ ਜਿੱਥੋਂ ਤੱਕ ਮੈਂ ਦੇਖਦਾ ਹਾਂ, ਕਿਸੇ ਵੀ ਵਿਧਾਇਕ ਨੇ ਜਾ ਕੇ ਮੀਟਿੰਗ ਨੂੰ ਅਟੈਂਡ ਨਹੀਂ ਕੀਤਾ, ਕਿਸੇ ਵੀ ਲੋਕ ਸਭਾ ਦੇ ਮੈਂਬਰ ਨੇ ਉਸ ਮੀਟਿੰਗ ਨੂੰ ਅਟੈਂਡ ਨਹੀਂ ਕੀਤਾ। ਜੇ ਕੋਈ ਮੀਟਿੰਗ ਹੁੰਦੀ ਹੈ ਤਾਂ ਸਿਰਫ ਖਾਨਾ ਪੂਰਤੀ ਹੁੰਦੀ ਹੈ, ਚਾਹ ਦਾ ਕੱਪ ਪੀ ਕੇ ਘਰੋਂ ਘਰੀ ਚਲੇ ਜਾਂਦੇ ਹੈ। ਇਸ ਬਣਤਰ ਦਾ ਇਹ ਜਿਹੜੀ ਮੀਟਿੰਗ ਬਣੀ ਹੁੰਦੀ ਹੈ ਸ਼ਡਿਊਲ ਕਾਸਟ ਲੋਕਾਂ ਦੇ ਹੱਕਾਂ ਦੇ ਲਈ, ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ, ਇਹ ਮੀਟਿੰਗਾਂ ਸਿਰਫ ਬੋਕਸ ਮੀਟਿੰਗਾਂ ਹੁੰਦੀਆਂ, ਕੋਈ ਇੰਪਲੀਮੈਂਟ ਉਹਦੇ 'ਤੇ ਨਹੀਂ ਹੁੰਦਾ। ਇੱਕ ਅੱਜ ਜਿਹੜੀ ਗੱਲ ਮੈਂ ਤੁਹਾਨੂੰ ਇਹ ਦੱਸ ਰਿਹਾ, ਜਿਸ ਤਰ੍ਹਾਂ ਦੱਸਿਆ ਤੁਹਾਨੂੰ ਸਟੇਟ ਦੀ ਵੀ ਇਸੇ ਤਰੀਕੇ ਨਾਲ ਮੀਟਿੰਗ ਹੁੰਦੀ ਹੈ। ਸੋ
SC ST ਐਕਟ, ਪਰਮਿਸ਼ਨ ਆਫ ਐਟਰੋਸਿਟੀ ਐਕਟ ਦੇ ਤਹਿਤ ਜਿਹੜੇ ਮੁਕੱਦਮੇ ਦਰਜ ਹੁੰਦੇ ਆ ਉਹਦੇ ਵਿੱਚ ਪੁਲਿਸ ਨੂੰ SC ST ਐਕਟ ਲਗਾਉਣਾ ਹੀ ਨਹੀਂ ਆਉਂਦਾ। ਇਹ ਗੱਲ ਮੈਂ ਤੁਹਾਨੂੰ ਸਾਫ਼ ਸ਼ਬਦਾਂ ਦੇ ਵਿੱਚ ਦੱਸਦਾ, ਜਿਹਦੇ ਕਰਕੇ ਵਿਕਟਿਮ ਨੂੰ ਇਨਸਾਫ ਨਹੀਂ ਮਿਲਦਾ। ਜਿਸ ਤਰ੍ਹਾਂ IPC ਦੀ ਧਾਰਾ ਦਰਸਾਈ ਜਾਂਦੀ ਹੈ ਉਸੇ ਤਰੀਕੇ ਨਾਲ SC ST ਐਕਟ ਦੇ ਸੈਕਸ਼ਨ ਨੂੰ ਦਰਸਾਉਣਾ ਵੀ ਜ਼ਰੂਰੀ ਹੁੰਦਾ, ਪਰ 3/4 ਲਾ ਕੇ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ। ਉਹਦੇ ਵਿੱਚ ਪ੍ਰੋਪਰ ਸੈਕਸ਼ਨ ਜਿਹੜੇ ਹੈ ਨਹੀਂ ਲੱਗਦੇ, ਕੋਰਟ ਜਿਹੜੀ ਜ਼ਮਾਨਤ ਲੈ ਲੈਂਦੀ ਹੈ, ਕੰਪਨਸੇਸ਼ਨ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਹੈ, ਦੋਸ਼ੀ ਧਿਰ ਜਿਹੜੀ ਜ਼ਮਾਨਤ ਲੈ ਜਾਂਦੀ ਹੈ। ਜੇ ਕਿਸੇ ਕੇਸ 'ਚ ਸੈਕਸ਼ਨ ਲੱਗਿਆ ਹੁੰਦਾ ਉਹਦੇ ਵਿੱਚ ਵੀ ਜ਼ਮਾਨਤਾਂ ਜਿਹੜੀਆਂ ਸਾਡੀਆਂ ਮਾਣਯੋਗ ਹਾਈ ਕੋਰਟ ਤੋਂ ਲੈ ਲੈਂਦੇ ਆ। ਉਹ ਕਿਉਂ ਲੈ ਲੈਂਦੇ ਆ? ਕਿ ਪੁਲਿਸ ਦੀ ਇੱਕ ਵੱਡੀ ਇੱਕ ਨੈਗਲੀਜੈਂਸੀ ਹੈ ਕਿ ਉਹਦੇ 'ਤੇ ਇੰਪਲੀਮੈਂਟ ਨਹੀਂ ਕੀਤਾ ਜਾਂਦਾ। ਸੋ ਅੱਜ ਮੈਂ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ, ਅੱਜ ਮੈਂ ਮੀਡੀਆ ਦੇ ਮਾਧਿਅਮ ਤੋਂ ਦੱਸਦਾ ਕਿ ਪੰਜਾਬ ਸਰਕਾਰ, ਡਾਇਰੈਕਟਰ ਭਲਾਈ ਵਿਭਾਗ, ਪੰਜਾਬ ਦੇ ਸਾਰੇ ਜ਼ਿਲ੍ਹਾ ਭਲਾਈ ਅਫਸਰ, ਇਹ ਆਪਣੇ ਆਪਣੇ ਉਸ ਏਰੀਏ ਦੇ SC ST ਐਕਟ ਦੇ ਮੁਕੱਦਮਿਆਂ ਦੀ ਸਮੀਖਿਆ ਦੁਆਰਾ ਕਰਕੇ ਦੇਖ ਲਏ, ਉਹਨਾਂ ਨੂੰ ਰਿਵਿਊ ਕਰੇ, ਜਾਂ ਉਹ ਆਪਣਾ ਡਾਟਾ ਨਸ਼ਰ ਕਰੇ ਕਿ ਕਿੰਨੇ ਕੇਸਾਂ 'ਚ ਉਹਨਾਂ ਨੇ ਕੰਪਨਸੇਸ਼ਨ ਦਿੱਤਾ, ਕਿੰਨੇ ਕੇਸਾਂ 'ਚ ਜਿਹੜਾ ਦੋਸ਼ੀ ਤੇਰਾ ਉਹਨੂੰ ਸਜ਼ਾ ਹੋਈ ਹੈ। ਇਹ ਜਿਹੜੇ ਮਾਮਲੇ ਹੈ ਇਸੇ ਕਰਕੇ ਰੁਲ ਜਾਂਦੇ ਹੈ ਕਿ ਸਰਕਾਰਾਂ ਕੋਲ ਫੰਡ ਨਹੀਂ ਹੁੰਦਾ, ਉਹ ਇੱਥੇ ਆਪਣੀ ਜ਼ਿੰਮੇਵਾਰੀ ਖਤਮ ਕਰ ਦਿੰਦੇ ਆ ਕਿ ਅਸੀਂ, ਸਾਡੇ ਕੋਲ ਕੰਪਨਸੇਸ਼ਨ ਦੇਣ ਵਾਸਤੇ ਮੁਕੱਦਮਿਆਂ ਦੇ ਵਿੱਚ ਪੈਸਾ ਹੀ ਨਹੀਂ ਹੈ। ਅੱਜ ਮੈਂ ਕਿਸੇ ਵੀ, ਤੁਸੀਂ ਹੁਣ ਮੈਂ ਐਜ ਏ ਮੀਡੀਆ ਦੇ ਸਾਹਮਣੇ ਅੱਜ ਗੱਲ ਕਰ ਰਿਹਾ, ਕਿਸੇ ਵੀ IO ਇਸ ਮੁਕੱਦਮੇ ਦਾ ਘੱਟੋ ਘੱਟ 0 ਰੈਂਕ, ਜਿਹਨੂੰ ਅਸੀਂ DSP ਕਹਿ ਦਿੰਦੇ ਹਾਂ, ਉਸ ਤੋਂ ਘੱਟ ਇਹਦਾ IO ਨਹੀਂ ਹੁੰਦਾ, ਪਰ ਥਾਣੇਦਾਰ ਇਹਨਾਂ ਮਾਮਲਿਆਂ ਨੂੰ ਚੱਕੀ ਫਿਰਦੇ ਹੈ। ਆਹ ਜਿਹੜਾ ਸਾਡੇ ਕੋਲ ਮੰਦਰ ਸਿੰਘ ਬੈਠਾ, SC ST ਐਕਟ ਲੱਗਿਆ, ਕਮਿਸ਼ਨ ਦੀਆਂ ਵੀ ਉਹਦੇ 'ਤੇ ਹਦਾਇਤਾਂ, ਪਰ ਕਿਸੇ ਨੇ ਕੋਈ ਪਰਵਾਹ ਨਹੀਂ ਕੀਤੀ। ਗੱਲ ਬਠਿੰਡੇ ਦੀ ਨਹੀਂ ਹੈ, ਗੱਲ ਨੰਗਲ ਦੀ ਨਹੀਂ ਹੈ, ਮੈਂ ਪੂਰੇ ਪੰਜਾਬ ਦੀ ਗੱਲ ਕਰਦਾ। ਇੱਕ ਸਾਡੇ ਲੋਕਾਂ ਦੇ ਵਿੱਚ ਇੱਕ ਬਣਤਰ ਬਣਾ ਦਿੱਤੀ ਜਾਂਦੀ ਹੈ ਕਿ ਇਹ ਜਿਹੜੇ ਸ਼ਡਿਊਲ ਕਾਸਟ ਲੋਕ ਹੈ ਇਹ ਕੰਪਰੋਮਾਈਜ਼ ਕਰ ਲੈਂਦੇ ਹੈ, ਇਹ ਰਾਜ਼ੀਨਾਮਾ ਕਰ ਲੈਂਦੇ ਹੈ। ਉਹ ਰਾਜ਼ੀਨਾਮੇ ਦੀ ਵਜ੍ਹਾ ਕੀ ਹੁੰਦੀ ਹੈ? ਉਹ ਇਹ ਹੁੰਦੀ ਹੈ ਕਿ ਵਿਕਟਿਮ ਨੂੰ ਡਰਾਇਆ ਜਾਂਦਾ, ਉਹਨੂੰ ਧਮਕਾਇਆ ਜਾਂਦਾ, ਆਹ ਮੰਦਰ ਸਿੰਘ ਹੈ ਤੁਹਾਡੇ ਕੋਲ, ਤੁਸੀਂ ਇਹਨੂੰ ਪੁੱਛ ਕੇ ਦੇਖੋ ਕਿਸ ਤਰੀਕੇ ਨਾਲ ਇਹਨੂੰ ਟੋਰਚਰ ਕੀਤਾ ਜਾਂਦਾ, ਕਿਸ ਤਰੀਕੇ ਨਾਲ ਇਹਨੂੰ ਡਰਾਇਆ ਜਾਂਦਾ, ਇਹਦੇ ਜਿਹੜੇ ਗਵਾਹ ਹੁੰਦੇ ਆ ਉਹਨੂੰ ਵੀ ਡਰਾਇਆ ਜਾਂਦਾ, ਜਿਹੜਾ ਗਵਾਹ ਹੈ ਵਿਕਟਿਮ ਦਾ ਜਿੱਥੇ ਕਹਿ ਕੇਸ ਨੇ ਸਟੈਂਡ ਕਰਨਾ ਹੁੰਦਾ ਉਹਨੂੰ ਵੀ ਪਰੇਸ਼ਾਨ ਕਰ ਦਿੱਤਾ ਜਾਂਦਾ। ਪੁਲਿਸ ਕਹਿੰਦੀ ਹੈ ਕਿ ਤੂੰ ਆਪਦੇ ਗਵਾਹ ਲਿਆ, ਇਹ ਪੁਲਿਸ ਦੀ ਕੋਈ ਕਾਨੂੰਨ ਦੇ ਵਿੱਚ ਕੋਈ ਪ੍ਰੋਵੀਜ਼ਨ ਹੀ ਨਹੀਂ ਹੈ ਕਿ ਥਾਣੇ ਦੇ ਵਿੱਚ ਗਵਾਹ ਨੂੰ ਲਿਆਓ, ਐਵੀਡੈਂਸ, ਗਵਾਹ ਦੀ ਲੋੜ ਤਾਂ ਬਾਅਦ 'ਚ ਹੁੰਦੀ ਹੈ। ਇਹ ਮੁਕੱਦਮੇ ਸਾਲਾਂ ਭਰ ਜਿਹੜੇ ਮੁਕੱਦਮੇ ਜਿਹੜੇ ਥਾਣੇ 'ਚ ਰੁਲਦੇ ਰਹਿੰਦੇ ਆ, ਜਦਕਿ ਇਹਦੇ ਇਹ ਬਾਉਂਡ ਹੈ ਕੇਸ, ਅਤੇ 3 ਮਹੀਨੇ ਦੇ ਵਿੱਚ ਤੁਸੀਂ ਇਹਦੀ ਇਨਵੈਸਟੀਗੇਸ਼ਨ ਕਰਕੇ 2 ਕੋਰਟ ਚਲਾਨ ਨੂੰ ਕਰਨਾ ਹੁੰਦਾ, ਪਰ ਮੁਕੱਦਮੇ ਸਾਲਾਂ ਭਰ ਜਿਹੜੇ ਆ ਮੁਕੱਦਮੇ ਥਾਣੇ 'ਚ ਰੁਲਦੇ ਰਹਿੰਦੇ ਆ। ਕੀ ਨਾਮ ਜੀ ਤੁਹਾਡਾ? ਮੰਦਰ ਸਿੰਘ ਆ ਜੀ। ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਮੀਡੀਆ ਵਾਲਿਆਂ ਦਾ, ਅੱਛਾ, ਜਿਹੜਿਆਂ ਨੇ ਮੇਰੀ ਗੱਲਬਾਤ ਰੱਖਣ ਦੇ ਮਤਲਬ ਮੌਕਾ ਦਿੱਤਾ ਮੈਨੂੰ। ਅਤੇ ਅੱਛਾ, ਮੇਰਾ ਪਿੰਡ ਕਿਲੀ ਨਿਹਾਲ ਸਿੰਘ ਵਾਲੀ, ਮੰਦਰ ਸਿੰਘ ਮੇਰਾ ਨਾਮ ਆ, ਜ਼ਿਲ੍ਹਾ ਬਠਿੰਡਾ ਜੀ। ਅੱਛਾ ਜੀ। ਅਤੇ ਮੇਰਾ ਕੁਛ ਸਮੇਂ ਤੋਂ 5-4 ਸਾਲਾਂ ਤੋਂ ਕੇਸ ਚੱਲਦਾ ਆ ਰਿਹਾ, ਅਤੇ ਉਹਦੀ ਮੈਨੂੰ ਮਤਲਬ ਇਨਸਾਫ ਨਹੀਂ ਮਿਲਦਾ ਜੀ। ਇਨਸਾਫ
ਲੈਣ ਦੀ ਖਾਤਰ, ਸੱਚ ਦੀ ਲੜਾਈ ਲੜਨ ਦੀ ਖਾਤਰ ਮੈਂ ਨਾ ਬਹੁਤ ਚੱਕਰ ਲਗਾਉਂਦਾ ਇਹਨਾਂ ਦੇ ਪੁਲਿਸ ਅਫਸਰਾਂ ਦੇ, ਥੱਕ ਗਿਆ। ਇੰਨੀ ਮਤਲਬ ਹੈਰਾਨਗੀ ਕੀਤੀ, ਕਦੇ ਦਿੱਲੀ ਜਾ, ਕਦੇ ਚੰਡੀਗੜ੍ਹ ਜਾ, ਕਦੇ ਬਠਿੰਡੇ ਜਾ, ਬਹੁਤ ਪਰੇਸ਼ਾਨੀ ਹੋ ਗਈ ਜੀ। ਮੈਨੂੰ ਤਾਂ ਇੰਨਾ ਹੀ ਮਜਬੂਰ ਕਰਤਾ ਵੀ ਖਹਿੜਾ ਚਲੋ ਮੈਂ ਨਹੀਂ ਛੱਡਿਆਗਾ, ਅਤੇ ਬਹੁਤ ਹੀ ਜ਼ਿਆਦਾ ਮਤਲਬ ਵੀ ਪਰੇਸ਼ਾਨ ਹੋ ਗਏ। ਗੱਲ ਦੱਸੋ, ਗੱਲ ਕੀ ਹੋਈ ਸੀ? ਗੱਲ ਕੀ ਹੋਈ ਸੀ ਜੀ, ਆਪਾਂ ਵਾਟਰ ਸਪਲਾਈ ਪਾਈਪਾਂ ਪਾਉਣ ਦਾ ਕੰਮ ਪਿੰਡਾਂ 'ਚ ਕਰਦੇ ਹਾਂ। ਅੱਛਾ ਜੀ। ਉਹ ਇੱਕ ਪਿੰਡ ਲਾਗੇ ਸਾਥੋਂ ਪੈਂਦਾ ਗਾ 10-11 ਕੁ ਕਿਲੋਮੀਟਰ, ਪਿੰਡ ਬੱਲੂਆਣਾ। ਓਕੇ। ਉੱਥੋਂ ਆਪਾਂ ਪੈਪ ਪਾਉਣ ਗਏ ਸੀ, ਉੱਥੋਂ ਦਾ ਪ੍ਰਾਈਵੇਟ ਮਤਲਬ ਲਾਭ ਸਿੰਘ ਦੇ ਪਾਉਣ ਗਏ ਸੀਗੇ। ਅਤੇ ਉਹ ਪੈਪ ਜਦੋਂ ਪਾਉਣ ਗਏ, ਉੱਥੋਂ ਦੇ ਧਰਨਾਟ ਬੰਦੇ ਆ ਜਿਹੜੇ ਮੌਜੂਦਾ ਸਰਪੰਚ ਪਹਿਲ ਸਿੰਘ, ਉਹਦਾ ਪਿਤਾ ਜਗਸੀਰ ਸਿੰਘ ਅਤੇ ਨਾਇਰ ਸਿੰਘ। ਅੱਛਾ ਜੀ। ਸਾਨੂੰ ਰੋਕਣ ਦੇ ਬਜਾਏ ਪ੍ਰਸ਼ਾਸਨ ਨੇ ਮਨਜ਼ੂਰ ਕਰਕੇ ਦਿੱਤੀ ਸੀ ਨਿਕਾਸ ਦੀ ਪੈਪ, ਉਹ ਰੋਕਣ ਦੇ ਬਜਾਏ ਅਤੇ ਆ ਕੇ ਗਾਲਾਂ ਕੱਢਣੀਆਂ ਅਤੇ ਜਾਤੀ ਦੇ ਖਿਲਾਫ ਬੋਲਣਾ ਸ਼ੁਰੂ ਕਰਤਾ ਉਹਨਾਂ ਨੇ, ਅਤੇ ਸੰਦ ਜਿਹੜੇ ਸੀ ਖੋਹ ਕੇ ਕਬਜ਼ੇ 'ਚ ਲੈ ਲਏ, ਅਤੇ ਮਾਰਨ ਦੀ ਜਾਨੋ ਮਾਰਨ ਦੀ ਵੀ ਧਮਕੀ ਦਿੱਤੀ। ਕਹਿੰਦੇ ਇੱਦੋਂ ਮੁੜ ਕੇ ਜੇ ਸਾਡੇ ਪਿੰਡ 'ਚ ਵੜੇ ਤਾਂ ਅਸੀਂ ਤੁਹਾਨੂੰ ਜਾਨੋ ਮਾਰ ਦਿਆਂਗੇ। ਜਦੋਂ ਇੰਨੀ ਗੱਲ ਹੋਈ ਅਤੇ ਮੈਂ ਉੱਦਾਂ ਹੀ ਜਿਹੜੇ ਦਿਨ ਰੌਲਾ ਪਿਆ ਸਾਡਾ ਹਟਾਏ, ਉਹਦੇ ਦਿਨ ਹੀ ਚੌਂਕੀ 'ਚ ਦਰਖਾਸਤ ਦੇ ਦਿੱਤੀ ਸੀ। ਉਦੋਂ ਬਾਅਦ ਜਿਹੜਾ ਇਹ ਕੰਮ ਸਾਡਾ ਚੱਲਦਾ ਆ 5-4 ਸਾਲਾਂ ਤੋਂ, ਅਤੇ ਅਸੀਂ ਪਰਚਾ ਕੀਤਾ ਹੋਇਆ, ਕੱਟਿਆ ਹੋਇਆ, ACAT ਲੱਗਿਆ ਹੋਇਆ ਵੀ ਪਰਚਾ, ਪੁਲਿਸ ਨੇ ਖਾਰਜ ਕਰਕੇ ਰਿਪੋਰਟ ਅਤੇ ਕੋਰਟ 'ਚ ਦਾਖਲ ਕਰਤੀ। ਹੁਣ ਤੁਹਾਡੀ ਮੰਗ ਕੀ ਹੈ ਜੀ? ਤੁਸੀਂ ਪ੍ਰੈਸ ਮੂਹਰੇ ਆਏ ਹੋ, ਅੱਜ ਪ੍ਰੈਸ ਕਾਨਫਰੰਸ ਕਰਨ, ਤੁਸੀਂ ਕੀ ਕਹਿਣਾ ਚਾਹੋ? ਮੰਗ ਤਾਂ ਸਾਡੀ ਇਹ ਜੀ, ਪ੍ਰਸ਼ਾਸਨ ਵੱਧ ਤੋਂ ਵੱਧ ਉਹਨਾਂ ਨੂੰ ਦੇ ਖਿਲਾਫ਼ ਕਾਰਵਾਈ ਕਰਕੇ ਅਤੇ ਮੈਨੂੰ ਇਨਸਾਫ ਦੇਵੇ। ताज़ा अपडेट्स और बड़ी खबरों के लिए सब्सक्राइब करें आज प्रकाश टीवी और बेल आइकन दबाना ना भूलें।